ਅਸਲਾਮੁਅਲੈਕਮ ਜੀ ਅਸੀਂ ਅੱਜ ਆ ਗਏ ਆ ਜੀ ਕੁੜੀਆਂ ਦੇ ਸਕੂਲ ਤੇ ਕਿੰਨਵੀਂ ਤੱਕ 8ਵੀਂ ਤੱਕ 10ਵੀਂ 10ਵੀਂ ਤੱਕ ਸਕੂਲ ਆ ਇੱਥੇ ਨਾ ਜੀ ਟੈਂਕੀ ਜਿਹੜੀ ਪਾਣੀ ਵਾਲੀ ਆ ਉਹਦਾ ਬਹੁਤ ਬੜਾ ਇੱਕ ਮਸਲਾ ਸੀਗਾ ਬੱਚੀਆਂ ਜਿੰਨੀਆਂ ਵੀ ਪੜ੍ਹਦੀਆਂ ਸੀ ਉਹ ਪਾਣੀ ਤੋਂ ਬਹੁਤ ਪਰੇਸ਼ਾਨ ਸੀ ਦੂਸਰਾ ਇੱਥੇ ਜਿਹੜੇ ਬੂਟੇ ਬਾਟੇ ਲਾਏ ਸੀਗੇ ਉਹ ਸੁੱਕਦੇ ਸੀਗੇ ਅੱਜ ਇਹ ਭਾਈ ਜ਼ੁਲਫਕਾਰ ਸਾਹਿਬ ਸਾਨੂੰ ਕਹਿੰਦੇ ਸੀ ਵੀ ਸਾਨੂੰ ਥੋੜਾ ਜਿਹਾ ਫੰਡ ਜਿਹੜਾ ਚਾਹੀਦਾ ਉਹ ਇਸ ਇੱਕ ਬੰਦੇ ਅੱਗੇ ਆਪਣੇ ਅਪੀਲ ਕੀਤੀ ਸੀ ਸਰਦਾਰ ਸਤਵੰਤ ਸਿੰਘ ਹੁਣਾਂ ਨੂੰ ਉਹਨਾਂ ਨੇ ਫਿਰ ਫੰਡ ਭੇਜਿਆ ਭਾਈ ਜ਼ੁਲਫਕਾਰ ਇਹ ਕਿੰਨਾ ਖਰਚਾ ਸੀਗਾ ਇਹ ਖਰਚਾ ਜੀ ਤੁਹਾਨੂੰ ਟੋਟਲੀ ਇਹ ਦੱਸ ਦਿੰਦੇ ਖਰਚਾ ਇਹ 50,000 ਰੁਪਈਆ ਸਾਡਾ ਲੱਗ ਗਿਆ 50,000 ਲੱਗ ਗਿਆ ਇੱਕ ਆ ਪੰਪ ਲਿਆ ਇੱਕ ਇਹ ਪੰਪ ਲਿਆ ਅੱਛਾ ਇਹ 100 ਰੁਪਈਏ ਮੀਟਰ ਦਾ ਆਹ ਗਾਜ ਲਈ ਤਾਰ ਆ ਹਾਂ ਸਤਣਤੀ ਫੁੱਲ ਗਈ ਤਾਰ ਜਿਹੜੀ ਆ ਇਹ 100 ਰੁਪਈਏ ਤੁਹਾਨੂੰ ਗਾਜ ਮਿਲੀ ਹੈ ਤਾਂ ਕਾਫੀ ਲੰਬੀ ਪੈ ਗਈ ਹੋਣੀ ਆ ਹਾਂਜੀ ਉਹ 50 ਫੁੱਟ ਹੋਈ ਹੈ 50 ਫੁੱਟ ਪੈ ਗਈ 50 ਗਾਜ 200 ਫੁੱਟ ਪਾ ਕੇ ਉਹ ਸਾਹਮਣੇ ਜਿਹੜੀ ਟੈਂਕੀ ਜ਼ਮੀਨ ਦੋ ਦਿਨ ਉੱਥੇ ਪਹੁੰਚਿਆ 30 ਰੁਪਈਏ ਅੱਛਾ ਖੁਦਾਈ ਦੀ ਮਜ਼ਦੂਰੀ ਵੱਖਰੀ ਲਈ ਹੈ ਜ਼ਹਰਾ ਉਹ ਤਾਂ ਲੈਣੀ ਸੀ ਬੱਚਿਆਂ ਦਾ ਵੀ ਬੁਰਾ ਹਾਲ ਹੋਣਾ ਸੀਗਾ ਅੱਛਾ ਸਪਲਾਈ ਦਾ ਪਾਣੀ 5 ਦਿਨ ਬਾਅਦ ਆਉਂਦਾ ਇੱਥੇ 5 ਦਿਨ ਬਾਅਦ ਤਾਂ ਫਿਰ ਪਾਣੀ ਸਟੋਰ ਹੀ ਕਰੂਗਾ ਤਾਂ ਹੀ ਨਜ਼ਾਰਾ ਹੋਊਗਾ ਅੱਛਾ ਕਿਉਂਕਿ ਉਦਾਂ ਤਾਂ ਰੋਜ਼ ਆਉਂਦਾ ਹੋਵੇ ਫਿਰ ਤਾਂ ਨਾਲ ਦੀ ਨਾਲ ਚੱਲਦਾ ਰਹਿੰਦਾ ਫਿਰ ਬੁੱਤਾ ਲੱਗਦਾ ਇਹ ਹੁਣ 5 ਦਿਨੀ ਬਾਅਦ 6 ਦਿਨੀ ਬਾਅਦ ਟੂਬਲ ਖਰਾਬ ਵੀ ਹੋ ਜਾਂਦਾ ਕਰ ਜਾਂ 8 ਦਿਨੀ ਬਾਅਦ ਵੀ ਆਉਂਦਾ ਕਰ ਆਹ ਦੇਖੋ ਜੀ ਆਹ ਖਾਲੀ ਪੱਟੀ ਸੀਗੀ ਆਹ ਖਾਲੀ ਆਹ ਘਾਹ ਬੜਾ ਜੰਮਿਆ ਇੱਥੇ ਕੋਈ ਬੱਕਰੀ ਬੁੱਕਰੀ ਫੇਰ ਦਿਓ ਕਿਸੇ ਦੀ ਮੈਂ ਜੀ ਸਰਦਾਰ ਸਤਵੰਤ ਸਿੰਘ ਹੁਣਾਂ ਨਾਲ ਗੱਲ ਕੀਤੀ ਸੀਗੀ ਕੈਨੇਡਾ ਰਹਿੰਦੇ ਆ ਉਹ ਬਹੁਤ ਹੈਲਪ ਕਰਦੇ ਆ ਜ਼ਰੂਰਤਮੰਦਾਂ ਦੀ ਮੈਂ ਉਹਨਾਂ ਨੂੰ ਦੱਸਿਆ ਵੀ ਸਾਡੇ ਸਕੂਲ ਦੇ ਵਿੱਚ ਜਿਹੜਾ ਨਾ ਜੀ ਇਹ ਮਸਲਾ ਹੈ ਥੋੜ੍ਹੀ ਜਿਹੀ ਚੀਜ਼ ਬਣਨੀ ਚਾਹੀਦੀ ਆ ਉਹਨਾਂ ਨੇ ਮਿੰਟ ਨਹੀਂ ਮਾਰੀ ਉਹਨਾਂ ਨੇ ਕਿਹਾ ਲਓ ਫੜੋ ਬੱਚੀਆਂ ਸਾਡੀਆਂ ਜਿਹੜੀਆਂ ਧੀਆਂ ਸਾਡੀਆਂ ਉਹ ਉੱਥੇ ਆਈਆਂ ਨਾ ਰਹਿਣ ਪਾਣੀ ਦੁੱਖੋ ਨਾ ਉਹਨਾਂ ਨੂੰ ਕੋਈ ਤਕਲੀਫ ਹੋਵੇ ਇਹੋ ਜਿਹੇ ਇਨਸਾਨ ਵੀ ਰੱਬ ਨੇ ਦੇਖ ਲਓ ਦੁਨੀਆਂ 'ਤੇ ਭੇਜੇ ਆ ਕੋਈ ਖੂਨੀ ਰਿਸ਼ਤਾ ਨਹੀਂ ਸਿਰਫ ਪੰਜਾਬੀ ਹੋਣ ਦੀ ਹਸੀਅਤ ਨਾ ਭਾਈ ਜ਼ੁਲਫਕਾਰ ਇੰਨਾ ਕਰਦੇ ਆ ਅੱਛਾ ਹੁਣ ਆਹ ਟੈਂਕੀ ਨੂੰ ਤੁਸੀਂ ਮੁਰੰਮਤ ਕਰਾ ਕਰੂ ਕੇ ਜਾਣੀ ਇਹਦੇ ਵਿੱਚ ਆਪਣਾ ਸੈਟਮੈਂਟ ਸਾਡੇ ਪੂਰੇ ਕੋਠੇ ਜਿੱਦੀ ਆ ਗਾਡਰ ਪਾ ਕੇ ਬਣਾਈ ਹੈ ਬਾਬੇ ਵੱਡੀ ਸਾਰੀ ਆ ਹਾਂ ਹੁਣ ਇਹਦੇ 'ਚ ਅਸੀਂ ਸਟਾਕ ਕੀਤਾ ਸਾਡਾ 8 ਦਿਨ ਪਾਣੀ ਲੰਘ ਜਾਂਦਾ ਆਹ ਦੀ ਸਲੈਬ ਪਾਣੀ ਸਾਫ਼ ਹੀ ਰਹਿੰਦਾ ਆ ਬਿਲਕੁਲ ਸਾਫ਼ ਰਹਿੰਦਾ ਆਹ ਇਹਦੀ ਸਲੈਬ ਟੁੱਟ ਗਈ ਆ ਸਲੈਬ ਚਲੋ ਇਹਦੀ ਵੀ ਹੁਣ ਤੁਸੀਂ ਇੱਕ ਮੁਰੰਮਤ ਕਰਾ ਲਿਓ ਮੈਂ ਕਿਹਾ ਜੀ ਅੱਜ ਹੁਣ ਅਸੀਂ ਅੱਗੇ ਜਿਹੜੇ ਪੈਸੇ ਮੈਂ ਲਏ ਨਾ ਲੋਕ ਇਹ ਸਲੈਬ ਲੈ ਲਏ 3,000 ਰੁਪਈਏ ਦੀ ਸਲੈਬ ਕਹਿੰਦਾ ਅਸੀਂ ਬਣਾਵਾਂਗੇ ਅੱਛਾ ਬਣਾ ਕੇ ਦੇਵਾਂਗੇ ਠੀਕ ਆ ਇਹਦੇ ਨਾਲ ਇੰਨੀ ਕੁ ਆਵਕ ਇੱਥੇ ਵੀ ਪੈ ਜਾਂਦੀ ਆ ਪਹਿਲਾਂ 1.5 ਸੀਮਿੰਟ ਦਾ ਬਜਰੀ ਰੇਤਾ ਮਹਿੰਗੀ ਬਹੁਤ ਹੋਈ ਹਰ ਸ਼ਾ ਤੇ ਉੱਥੋਂ ਬਣੀ ਬਣਾਈ ਜਿਹੜੀ ਹੈ ਨਾ ਉਹ ਬਣੀ ਬਣਾਈ ਸੀ ਠੀਕ ਆ ਜਾਂ ਲੋਹੇ ਦੀ ਬਣਾ ਲਿਓ ਇਹ ਭਾਈ ਜ਼ੁਲਫਕਾਰ ਤੁਹਾਡਾ ਉਹਦਾ ਕੀ ਇੱਥੇ ਚੌਕੀਦਾਰ ਆ ਜਾਂ ਨਹੀਂ ਮਾਲੀ ਮਾਲੀ ਦੇ ਤੌਰ ਤੇ ਮਾਲੀ ਅੱਛਾ ਤੁਸੀਂ ਦੇਖ ਲਓ ਵੀ ਇੱਕ ਮਾਲੀ ਹੋਣ ਦੀ ਹਸੀਅਤ ਨਾਲ ਜੀ ਤੁਸੀਂ 2 ਕਮਰੇ ਅੱਗੇ ਬਣਵਾ ਕੇ ਦਿੱਤੇ ਆਪਣੀ ਮਦਦ ਲੋਕਾਂ ਨੂੰ ਚਲੋ 1,000 ਕਰਦੇ ਲੋਕ ਤੁਸੀਂ ਜਿਹਦੇ ਕੋਲ ਜਾਂਦੇ ਨਾ ਨਹੀਂ ਕਰਦਾ ਹੈਗਾ ਇਹਦੇ ਤੇ ਉਹਨਾਂ ਭਲਿਆਂ ਭਾਵਾਂ 'ਚ 45,000 ਰੁਪਈਆ ਲੱਗਾ ਸੀ ਇਹ ਵੀ ਲੋਕਾਂ ਕੋਲੋਂ ਲੈ ਕੇ ਲੋਕਾਂ ਕੋਲੋਂ ਲੈ ਕੇ ਇਹ ਵੀ ਦੇਖ ਲਓ ਵੀ ਮੁਖਲਸਪੰਦ ਦੀ ਇੰਤਹਾ ਆ ਨਹੀਂ ਤਾਂ ਲੋਕ ਆਪਣੀ ਤਨਖਾਹ ਲੈ ਕੇ ਗਾਂਹ ਹੁੰਦੇ ਵੀ ਚਲੋ ਸਾਨੂੰ ਕਿਹੜੀ ਲੋੜ ਹੈ ਟੈਨਸ਼ਨ ਲੈਣ ਦੀ ਲੇਕਿਨ ਇਹ ਬੰਦਾ ਪੂਰੇ ਪਿੰਡ 'ਚ ਗ੍ਰਾਹੀ ਕਰ ਗਏ ਇਹਨੇ 2 ਕਮਰੇ ਬਣਾਏ ਫਿਰ ਇਹ ਟੈਂਕੀ ਬਣਾਈ ਫਿਰ ਆ ਮੈਨੂੰ ਕਿਹਾ ਇਹ ਵੀ ਚਲੋ ਅੱਲਾ ਪਾਕ ਨੇ ਸਬਬ ਬਣਾ ਦਿੱਤਾ ਤੇ ਹੁਣ ਇਹ ਵੀ ਮਸਲਾ ਹੱਲ ਹੋ ਗਿਆ ਇਹ ਪਲਾਟ ਬੰਦੀ ਵੀ ਜਿਹੜੀ ਆ ਇਹ ਵੀ ਅਸੀਂ ਆਪ ਮਤਲਬ ਆਪਣੀ ਮਦਦ ਦੇ ਤਹਿਤ ਕੀਤੀ ਐਨੀ ਇੱਟ ਕਿੱਥੋਂ ਕਿਸੇ ਕੋਲੋਂ ਲੱਭਦੀ ਆ ਹਾਂ ਭਾਈ ਜ਼ੁਲਫਕਾਰ ਇਹ ਵੀ ਆਪ ਇੱਥੋਂ ਇਕੱਠੀ ਗ੍ਰਾਈ ਕਰਕੇ ਇਹ ਵੀ ਆਪਣੇ ਮਤਲਬ ਮਦਦ ਦੇ ਤਹਿਤ ਬਣਾਈ ਆ ਬੜੀ ਗੱਲ ਆ ਦੇਖ ਲਓ ਖੂਬਸੂਰਤ ਬਣਾਤਾ ਸਕੂਲ ਹੈ ਹੁਣ ਬਾਹਰੋਂ ਆਉਣ ਵਾਲਾ ਬੰਦਾ ਸਕੂਲ ਨੂੰ ਦੇਖ ਕੇ ਇੱਕ ਵਾਰੀ ਉਹਦੀ ਤਬੀਅਤ ਮੰਨਦਾ ਹਰ ਡੀਓ ਸੀਓ ਜਿੰਨੇ ਵੀ ਗਏ ਆ
आके दौरा करके मन के गए जिन्होंने इतने जखीरा देखा। छप्पड़ सी बहुत डूंगा छप्पड़ सी दस दे जाने जी कि एक बहुत डूंगा छप्पड़ सी पाकिस्तान बनने तो पहला दा ही पहला दा सी इत्थे खूह हुंदा सी लोग पानी लैण आंदे हुंदे सी इत्थों सानूं जिहड़े टिंडां वाला खूह सी ना असी पिंड वालिआं कोल माशाअल्लाह इन्ने पैसे लै कीते कि 40,000 दी 100 ट्राली आंदी सी 1700 ट्राली हां हां 1700 ट्राली मिट्टी 1700 मिट्टी दी ट्राली डिग पई 1700 ट्राली 40,000 दी 100 बनदी है रजिस्टर दे ते असी सारा फंड लिखिआ जिहड़ा प्राइवेट जिहड़ा सानूं पिंड वाले इमदाद करदे उस बंदे दा नां उस बंदे दा वगैरा सारा कुछ लिखा है। देख लो भी एक खूह ही सीगा जी 1700 ट्राली आ डिग्गी डिग्गी है बड़ी गल ते हले फिर नहीं माया हजे हुण फिर नहीं फिर नहीं मा हुण जानी बाजार दी गलियां ओ अगर तुसीं देख सकदे हो उत्थों कोई भी साइकिल वाला लंघदा आया दो फुट कंधे रह गई ओ सिर्फ दो फुट दी इंचाई रह गई उत्थों ऐन छाती वजदी है हां बस सारी वज ठीक है ना दो वाटर कूलर जिहड़े ओ पिंड वालिआं कोलों लए आ जिहड़े आ हवा लगे आ ठंडा पानी करन वाले हबीब बड़ी गल है जी बड़ी अच्छा जी मेल दे विच बड़ा बड़ा अफिसर आ बड़ा अफिसर लगे आ भाई हबीब साहब उन्होंने दिता बड़ी मेहरबानी पिंड नूं हालांकि पिंड च रहिंदे नहीं हुण चले गए आ फिर उहदा राबता देख लो असीं किद्दां मैं कीता राबता कित्थों नंबर लभिआ किसे टीचर दा करदार नहीं इहदे विच किसे मदर बंदे दे नहीं तुहाडा अपना ज़ाती करदार आपणा इक फिर आणे नज़ीर दे भरा शाहद ने फैसलाबाद ओह अंदर ओह दूसरा आया अच्छा इह कूलर दे किन्ने पैसे लगे सी कूलर देते लगा सी 37,000 रुपया हूँ तो महंगा हो गया हूँ डबल 6-7 साल हो गए 6-7 साल हो गए तो उदो उन्होंने 26,000 सरदा है हले होर बनाना है कूलर को होर लाना सर जाता अज बूता लग जाता अच्छा बूता लग जाता चलो जी माशाल्लाह तो सानू हुण आह जिहड़ा ना बेलां वाला मसला जिहड़ा सानू गवर्नमेंट जांदी 3 किश्तां दिंदी आ ओह तदाद दे हिसाब नाल दिंदी आ तदादां तुहानूं पता साडे कोल थोड़ी आ थोड़ी ओह प्राइवेट स्कूलां ने बहुत चलो भाई जुल्फकार अपना रकम जी हम थोड़े हवाले कर दें ताकि तुम अपना जरा बकाया जात अदा करो जो लोग ने देने चलो भरोसा करते हैं बगैर पैसों तो शायद दे देंगे बाद जिस बंद को मजदूरी कराई है 600 ਬਣਦਾ ਉਹਨੂੰ ਸਕੂਲ ਦਾ ਕਰਕੇ 500 ਹੀ ਦਿੱਤਾ ਹਾਂ ਤੇ ਮੇਰੇ ਤੋਂ ਇਲਾਵਾ ਮੇਰੀ ਮੈਡਮ ਨੇ ਪੁੱਛ ਲਿਆ ਕਿ 500 ਦੇ ਕੇ ਇਹ ਨੂਰੁਲਾਕ ਸਾਹਿਬ ਜੀ ਚੌਕੀਦਾਰਾ ਕਰਦੇ ਇੱਥੇ ਬਹੁਤ ਸ਼ਰੀਫ ਆਦਮੀ ਆ 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 पेमेंट जी है जी मैडम होना के हवाले कर दी है की कहना चाहोगे जी जरूर थैंक यू।